ਦੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹ ਸੁਖ ਕਨੇਰੇ ਕੋਈ ਨ ਜਾਣੈ ਉਮਰਾਇੰਤੋ ਉਚੇਤੇ 우ਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮਤੇ ਹੋਏ ਸੋ ਅਗੇ ਆਕਾਰੀ ਤੁਮਰੀ ਗਤ ਮੇਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਫਿਰ ਤੋ ਫਿਰ ਤੋ ਪ੍ਰਭ ਆਇਆ ਪਰਿਆ ਤੋ ਸਰਮਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸੁਖੋタル ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਐ ਸਿਫਤ ਖਸਮੰਦੀ ਨੂਰ ਅਰਸੋਂ ਗੁਰਸੋਂ ਚਟੀ ਐ ਤੁਧ ਡਿਟੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਉਦ ਡਟੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਚੌਥਾ ਚਾਪੂਰਕ ਸਰਬ ਸੁਖ ਦਾਤਾ ਹਰ ਜਾਂ ਕਾ ਵਸ ਹੈ ਕਾਮ ਤੇਨਾ ਸੋ ਅਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪ੍ਰਖ ਨਰੰਜਣਾ ਇਚਾ ਪੁਰਖ ਸਰਬ ਸੁਖ ਦਾਤਾ ਜਾਂ ਕੈ ਵਸ ਹੈ ਕਾਮ ਤਿਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਤਿਤ ਪਾਵਨ ਕਿਰਪਾ ਦੇ ਸਮੁੰਦਰ ਰਹਿਮਤਾਂ ਦੇ ਸਾਗਰ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਆ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਰੂਪ ਗੁਰੂ ਸਰੂਪ ਗੁਰੂ ਕੀ ਸਾਤ ਸੰਗਤ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀਆਂ ਨੇ ਇਹ ਸੁਭਾਗ ਸਮਾਂ ਸਤ ਸੰਗਤ ਤਾਂ ਸਾਨੂੰ ਬਖਸ਼ਿਸ਼ ਕੀਤਾ ਸਤਗੁਰਾਂ ਦੀ ਗੁਰਬਾਣੀ ਕੀਰਤਨ ਦੇ ਰੂਪ ਦੇ ਵਿੱਚ ਆਸਾ ਦੀ ਵਾਰ ਪਵਿੱਤਰ ਬਾਣੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜੋ ਬਖਸ਼ੀ ਹੈ ਇਸ ਨੂੰ ਆਪਾਂ ਹੁਣੇ-ਹੁਣੇ ਸਰਵਨ ਕਰਕੇ ਲਾਹਾ ਪ੍ਰਾਪਤ ਕਰ ਰਹੇ ਸੀ। ਇਸ ਵੇਲੇ ਗੁਰ ਸ਼ਬਦ ਵਿਚਾਰ ਜੋ ਹੈ। ਸਤਿਗੁਰਾਂ ਦੀ ਗੁਰਬਾਣੀ ਦੀ ਕਥਾ ਆਪਾਂ ਲੜੀਵਾਰ ਸਰਵਨ ਕਰ ਰਹੇ ਹਾਂ। ਆਓ ਆਪਣੇ ਮਨ ਦੇ ਧਿਆਨ ਨੂੰ ਟਕਾ ਕੇ ਸਰਵਨ ਕਰੀਏ ਮਿਲ ਕੇ ਆਖੀਏ ਸਤਨਾਮ ਓ। ਸ੍ਰੀ ਵਾਹਿਗੁਰੂ ਸਾਹਿਬ ਜੀ ਚਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਤਨਾਸ੍ਰੀ ਮਹਲਾ ਚੌਥਾ ਸਤਿ ਪਾਤਸ਼ਾਹ ਗੁਰੂ ਰਾਮਦਾਸ ਸੋਢੀ ਸੁਲਤਾਨ ਐਸੇ ਸਤਿਗੁਰਾਂ ਦਾ ਇਹ ਸ਼ਬਦ ਆਪ ਸਰਵਨ ਕਰਨ ਜਾ ਰਹੇ ਹਾਂ ਧੰਨ ਧੰਨ ਰਾਮਦਾਸ ਗੁਰ ਜਿਨ ਸ੍ਰਿਆਤ ਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਧਾਰਿਆ ਸਿਖੀ ਆਤੈ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ ਜਿਹੜਾ ਕੋਈ ਸ਼ਰਾਫਿਆ ਹੋਇਆ ਸੀ ਨਾ ਪਹਿਲਾਂ ਕਿਸੇ ਕਰਮ ਕਰਕੇ ਸ਼ਰਾਬ ਮਿਲ ਗਿਆ ਗੁਰੂ ਰਾਮਦਾਸ ਪਾਤਸ਼ਾਹ ਦੀ ਸੰਗਤ ਵਿੱਚ ਆ ਕੇ ਉਹ ਵੀ ਸ਼ਰਾਫਿਆਂ ਤੋਂ ਮੁਕਤ ਹੋ ਗਿਆ ਉਹਨਾਂ ਦੇ ਸ਼ਰਾਫ ਵੀ ਖੁੱਲ ਗਏ ਟੁੱਟ ਗਏ ਅੱਪਾ ਬਚਨ ਪੜ੍ਹਦੇ ਆ ਨਾ ਵੀ ਭਾਟ ਆਏ ਮਹਾਰਾਜੀਆਂ ਦੇ ਕੋਲ ਤੇ ਉਹਨਾਂ ਭਾਟਾਂ ਨੇ ਆਖਿਆ ਇੱਕ ਉਤਮ ਪੰਥ ਸੁਨਿਆ ਗੁਰ ਸੰਗਤ ਤੇਹੇ ਮਲੰਤ ਜਮਤਰਾਸ ਮਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਮਾਈ ਇਹ ਭਾਟਾਂ ਨੇ ਆਖਿਆ ਜਿਹੜੇ ਸ਼ਰਾਫੇ ਉਹ ਇਸ਼ਾਨ ਕਿਸੇ ਕਾਰਨ ਕਰਕੇ ਉਹਨਾਂ ਨੂੰ ਵੀ ਮਨੋਖ ਸਰੀਰ ਧਾਰਨ ਕਰਕੇ ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਸ਼ਰਨ ਵਿੱਚ ਆਉਣਾ ਪਿਆ ਤੇ ਬਚਨ ਉਹਨਾਂ ਨੇ ਲਿਖੇ ਕਹਿਣ ਲੱਗੇ ਰਹੋ ਬਰਸ ਹਾਂ ਟੋਲ ਸਾਧ ਬਹੁ ਤੇਰੇ ਡਿਠੇ ਜਦੋਂ ਕਿਤੇ ਪਤਾ ਲੱਗਣਾ ਹਨ ਵੀ ਫਲਾਣੀ ਥਾਂ ਤੇ ਕੋਈ ਬੜਾ ਪੁਜਿਆ ਹੋਇਆ ਸਾਧੂ ਹੈ ਤੇ ਉੱਥੇ ਜਾਣਾ ਜਦੋਂ ਜਾ ਕੇ ਵੇਖਣਾ ਜਿੰਨਾ ਉਹਦਾ ਨਾਮ ਹੈ ਉਨੀ ਉਹਦੇ ਤੇ ਕਿਰਪਾ ਨਹੀਂ ਹੈ ਬڑے-ਬڑے ਸੰਿਆਸੀ ਵੇਖੇ ਜੋਗੀ ਵੇਖੇ ਨਾਗੇ ਸਾਧੂ ਵੀ ਵੇਖੇ ਜੰਗਲਾਂ ਬੇਲਿਆਂ ਵਿੱਚ ਜਾ ਕੇ ਆਏ ਪਰ ਜਿੰਨੀ-ਜਿੰਨੀ ਨਾਮ ਦੀ ਮਹਿਮਾ ਉਹਨਾਂ ਨੇ ਫਲਾਈ ਹੋਈ ਹੈ ਉਨੀ ਕਿਰਪਾ ਕੋਲ ਨਹੀਂ ਹੈ ਅੰਦਰ ਈਰਖਾ ਭਰੀ ਹੈ ਦੁਸ਼ਵੈਸ਼ ਭਰੀ ਹੈ ਕੋਈ ਕਾਮੀ ਬਣਿਆ ਕੋਈ ਕ੍ਰੋਧੀ ਬਣਿਆ ਕੋਈ ਲੋਭੀ ਬਣਿਆ ਕੋਈ ਕੇਵਲ ਤੇ ਕੇਵਲ ਆਪਣੇ ਧਰਮ ਦਾ ਮੰਡਨ ਕਰਦਾ ਦੂਜੇ ਦੇ ਧਰਮ ਦਾ ਖੰਡਨ ਕਰਦਾ ਐਸੇ ਬੜੇ ਵੇਖੇ ਕਿੰਨਾ ਸਮਾਂ ਵੇਖੇ ਰਹਿਉ ਬਰਸ ਹੋਂ ਟੋਲ ਇੱਕ ਸਾਲ ਇਹ ਇੱਕ ਸਾਲ ਦੇਵਤਿਆਂ ਦਾ ਤੇ ਸਾਡੇ ਮਨੁੱਖਾਂ ਦੇ 12-13 ਸਾਲ ਬਣ ਜਾਂਦੇ 12-13 ਸਾਲ ਅਸੀਂ ਧਰਤੀ ਦੇ ਉੱਪਰ ਚੱਕਰ ਲਾਉਂਦੇ ਰਹੇ ਕਦੇ ਕਿਤੇ ਕਦੇ ਕਿਸੇ ਆਸ਼ਰਮ ਦੇ ਵਿੱਚ ਕਦੇ ਕਿਸੇ ਝੁਗੀਆਂ ਦੇ ਵਿੱਚ ਕੁਟਿਆ ਦੇ ਵਿੱਚ ਜਾਂਦੇ ਰਹੇ ਪਰ ਕਹਿਣ ਲੱਗੇ ਵੀ ਮਹਾਰਾਜ 12-13 ਸਾਲ ਭ੍ਰਮਿਆਂ ਚੱਕ ਧਰਤੀ ਦਾ ਚੱਕਰ ਲਾਇਆ ਪਰ ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ ਨਾ ਉਹ ਕਿਤੇ ਹੋ ਨਹੀਂ ਮਿਲੀ ਫਿਰ ਪਤਾ ਲੱਗਿਆ ਵੀ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਪਾਤਸ਼ਾਹ ਮਹਾਰਾਜ ਬੈਠੇ ਹੋਏ ਅੰਮ੍ਰਿਤਸਰ ਦੀ ਧਰਤੀ ਤੇ ਤੇ ਸਤਿਗੁਰੂ ਪਾਤਸ਼ਾਹ ਜਦੋਂ ਤੁਹਾਡੀ ਸ਼ਰਨ ਵਿੱਚ ਆਏ ਨਾ ਸੰਗਤ ਵਿੱਚ ਆਏ ਤੇ ਉਸ ਵੇਲੇ ਤੁਹਾਨੂੰ ਨਮਸ਼ਕਾਰ ਕੀਤੀ ਤੇ ਅਕੋਤਮ ਪੰਥ ਸੁਣਿਓ ਗੁਰ ਸੰਗਤ ਤੁਹਾਡੀ ਇਹ ਸਤ ਸੰਗਤ ਸਭ ਤੋਂ ਸ੍ਰੇਸ਼ਟ ਰਸਤਾ ਹੈ ਮੁਕਤ ਕਰਨ ਦਾ ਤੇ ਇਹ ਮਲੰਤ ਜਮਤਰਾਸ ਮਟਾਈ ਜਿਹੜਾ ਸੰਗਤ ਤੁਹਾਡੀ ਵਿੱਚ ਆ ਕੇ ਬੈਠ ਗਿਆ ਸ਼ਰਾਫ ਤੇ ਕੋਈ ਨਿੱਕੀ ਵੱਡੀ ਗੱਲ ਨਹੀਂ ਹੈ ਇੱਥੇ ਤੇ ਜਮਾਂ ਦਾ ਡਰ ਖਤਮ ਹੋ ਜਾਂਦਾ ਮੁਕ ਜਾਂਦਾ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰੁਣਾਈ ਸਾਡੀ ਅਰਦਾਸ ਇਹ ਹੈ ਵੀ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਉਹ ਸ਼ਰਨ ਜਿੱਥੇ ਜਮਾਂ ਦਾ ਡਰ ਨਹੀਂ ਰਹਿੰਦਾ ऐसे ने गुरु रामदास पादशाह महाराज साहिब जी जिन्ना दा आपा शब्द सरवन कर रहे हां ते सतगुरु फरमाਉਂਦੇ ਹਨ इच्छा पूरक सर्व सुख दाता सतगुरु पादशाह ਕਹਿਣ ਲਗੇ ਇਸ ਪੰਕਤੀ ਦਾ ਵਿਸ਼ਰਾਮ ਜੋ ਹੈ ਨਾ ਜੋ ਸਹਿਜ ਪਾਠ ਗੁਰੂ ਕੀ ਸੰਗਤ ਕਰਦੀ ਹੈ ਇੱਥੇ ਵਿਸ਼ਰਾਮ ਜਿਹੜਾ ਹਰ ਤੇ ਲੱਗਾ ਹੋਇਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇੱਥੇ ਆ ਕੇ ਰੁਕਣਾ ਅੱਗੇ ਫਿਰ ਬਚਨ ਕਹਿਣਾ ਜਿਹੜਾ ਵੀ ਅਗਲੀ ਪੰਕਤੀ ਉਹਨੂੰ ਬਾਅਦ ਵਿੱਚ ਪੜਨਾ ਹਰਤੇ ਲਿਆ ਕੇ ਵਿਸ਼ਰਾਮ ਲਾਉਣਾ ਮਹਾਰਾਜ ਕਹਿਣ ਲੱਗੇ ਉਹ ਜੋ ਪ੍ਰਮਾਤਮਾ ਹੈ ਨਾ ਸਾਰਿਆਂ ਦੀਆਂ ਮਨ ਦੀਆਂ ਇੱਛਾ ਪੂਰੀਆਂ ਕਰਦਾ ਜੋ ਵੀ ਮਨ ਵਿੱਚ ਫੁਰਨਾ ਬਣਿਆ ਨਾ ਸੰਕਲਪ ਬਣਿਆ ਭਲੇ ਦਾ ਉਦਮ ਦਾ ਚੰਗੇ ਕਰਮ ਦਾ ਉਹਨੂੰ ਮਹਾਰਾਜ ਆਪ ਵਿੱਚ ਪੈ ਕੇ ਤੇ ਪੂਰਾ ਕਰਵਾ ਦਿੰਦੇ ਉਸ ਕੰਮ ਨੂੰ ਅਧੂਰਿਆ ਨਹੀਂ ਰਹਿ ਜਾਂਦੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਇੱਛਾ ਪੂਰੀ ਹੁੰਦੀ ਹੈ ਗੁਰੂ ਕੇ ਸਿੱਖ ਦੀ ਨਾਮ ਜਪਣ ਵਾਲੇ ਦੀ ਸਾਡੇ ਸਾਹਮਣੇ ਗੁਰਮੁਖੋ ਸਾਖੀ ਆ ਜਾਂਦੀ ਭਾਈ ਤਾਰੂ ਸਿੰਘ ਦੀ ਤੇ ਭਾਈ ਤਾਰੂ ਸਿੰਘ ਦਾ ਜਦੋਂ ਖੋਪਰਾ ਉਤਾਰਨ ਲੱਗੇਨ ਤੋ ਉਸ ਵੇਲੇ ਜਕਰੀਆ ਖਾਨ ਖਾਨ ਬਹਾਦਰ ਜਕਰੀਆ ਖਾਨ ਲਾਹੌਰ ਦਾ ਸੂਬੇਦਾਰ ਕਹਿਣ ਲੱਗਾ ਵੀ ਤਾਰੂ ਸਿੰਘ ਮਰਨ ਤੋਂ ਪਹਿਲਾਂ ਕੋਈ ਆਖਰੀ ਇੱਛਾ ਹੈ ਤੇ ਉਹ ਦੱਸ ਤੇਰੀ ਪੂਰੀ ਕਰ ਦਈਏ ਤੇ ਭਾਈ ਤਾਰੂ ਸਿੰਘ ਜੀ ਆਨੇ ਜਵਾਬ ਦਿੱਤਾ ਕਹਿਣ ਲੱਗੇ ਜਕਰੀਆ ਖਾਨ ਤੂੰ ਕੌਣ ਹੁੰਦਾ ਮੇਰੀ ਆਖਰੀ ਇੱਛਾ ਪੂਰੀ ਕਰਨ ਵਾਲਾ ਮੇਖਰੀ ਮੇਰੀ ਆਖਰੀ ਇੱਛਾ ਜੋ ਹੈ ਨਾ ਮੇਰੇ ਮੇਰੀ ਗੁਰੂ ਪੂਰਾ ਕਰੇਗਾ ਮੈਨੂੰ ਦਸਵੇਂ ਪਾਤਸ਼ਾਹ ਦੇ ਉੱਪਰ ਪੂਰਨ ਪੂਰਨ ਭਰੋਸਾ ਹੈ ਮੇਰਾ ਗੁਰੂ ਮੇਰੀ ਇੱਛਾ ਪੂਰੀ ਕਰੇਗਾ ਤੇ ਪੁੱਛਿਆ ਇੱਛਾ ਹੈ ਕੀ ਹੈ ਜੋ ਤੂੰ ਕਹਿਣਾ ਵੀ ਮੈਂ ਨਹੀਂ ਕਰ ਸਕਦਾ ਗੁਰੂ ਕਰ ਸਕਦਾ ਇੱਛਾ ਕੀ ਹੈ ਉਹ ਵੀ ਦੱਸ ਤੇ ਭਾਈ ਤਾਰੂ ਸਿੰਘ ਨੇ ਆਖਿਆ ਸਾਡੇ ਮਨ ਦਾ ਫੁਰਨਾ ਇਹ ਹੈ ਜਿਹੜਾ ਬੰਦਾ ਮੇਰੇ ਗੁਰੂ ਦੀ ਦਿੱਤੀ ਹੋਈ ਸਿੱਖੀ ਨੂੰ ਖੋਣਾ ਚਾਹੁੰਦਾ ਮੇਰੇ ਕੇਸ ਕਤਲ ਕਰਨਾ ਚਾਹੁੰਦਾ ਬਿਨਾਂ ਕਿਸੇ ਗੁਨਾਹ ਤੋਂ ਮੈਨੂੰ ਸਜ਼ਾ ਦਿੰਦਾ ਪਿਆ ਉਸ ਵਿਅਕਤੀ ਨੂੰ ਮੈਂ ਦੁਨੀਆ ਤੋਂ ਜਾਣ ਤੋਂ ਪਹਿਲਾਂ ਜੁੱਤੀ ਦੇ ਅੱਗੇ ਲਾ ਕੇ ਤੈਨੂੰ ਨਰਕਾਂ ਵਿੱਚ ਪਹੁੰਚਾਉਣਾ ਇਹ ਮੇਰੇ ਮਨ ਦਾ ਸੰਕਲਪ ਹੈ ਇਹ ਮੈਂ ਮਨ ਵਿੱਚ ਸੰਕਲਪ ਬਣਾ ਲਿਆ ਹੈ ਸਾਡੇ ਸਰੀਰ ਛੱਡਣ ਤੋਂ ਪਹਿਲਾਂ ਤੈਨੂੰ ਜੁੱਤੀ ਅੱਗੇ ਲਾ ਕੇ ਤੇ ਨਰਕਾਂ ਵਿੱਚ ਸੁਟਣਾ ਫਿਰ ਅਸੀਂ ਦੁਨੀਆ ਤੋਂ ਜਾਣਾ ਜਕਰਿਆ ਖਾਨ ਸੁਣ ਕੇ ਗੱਲ ਹੱਸ ਪਿਆ ਕਹਿਣ ਲੱਗਾ ਲੈ ਬੇੜੀਆਂ ਵਿੱਚ ਸੰਗਲਾਂ ਵਿੱਚ ਵੱਧਾ ਹੋਇਆ ਤੇ ਤੇਰੀ ਮਦਦ ਵਾਸਤੇ ਕੋਈ ਆ ਨਹੀਂ ਸਕਦਾ ਤੇ ਮੈਂ ਐਡਾ ਵੱਡਾ ਸੂਬੇਦਾਰ ਇੰਨੀਆਂ ਫੌਜਾਂ ਇੰਨੇ ਪਹਿਰੇ ਲੱਗੇ ਹੋਏ ਮੈਨੂੰ ਕੌਣ ਜੁੱਤੀ ਮਾਰੇਗਾ ਤੇ ਕੌਣ ਮੈਨੂੰ ਇੱਥੋਂ ਲੈ ਕੇ ਜਾਏਗਾ ਬੰਦੇ ਨੂੰ ਸੰਸਾਰੀ ਪਹੁੰਚ ਦਾ ਮਾਣ ਹੁੰਦਾ ਨਾ ਵੀ ਮੇਰੀ ਸੰਸਾਰੀ ਬੜੀ ਪਹੁੰਚ ਹੈ ਮੈਂ ਬੜੇ ਵੱਡੇ ਰੁਤਬੇ ਤੇ ਬੈਠਾ ਹੋਇਆ ਇਹਨੂੰ ਆਪਣੇ ਰੁਤਬੇ ਦਾ ਮਾਣ ਵੀ ਮੈਂ ਸੂਬੇਦਾਰ ਹਾਂ ਸੂਬੇਦਾਰ ਵੀ ਉਹ ਅਜਨੇ ਸਿੱਖਾਂ ਦੇ ਸਰਾਂ ਦੇ ਮੁੱਲ ਪਾਏ ਹੋਏ ਸਿੱਖ ਤੇ ਮੇਰੇ ਕੋਲੋਂ ਡਰਦੇ ਕਿਹੜਾ ਇਹਨੂੰ ਇੱਥੋਂ ਆ ਕੇ ਛੁਡਾਵੇਗਾ ਪਰ ਮਹਾਰਾਜ ਕਹਿਣ ਲੱਗੇ ਬਿਰਥੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਹੋਵੇ ਰੱਬ ਦਾ ਭਗਤ ਹੋਵੇ ਗੁਰੂ ਦਾ ਸਿੱਖ ਉਹਦੀ ਅਰਦਾਸ ਫਿਰ ਪੂਰੀ ਨਾ ਹੋਵੇ ਬਚਨ ਪੂਰਾ ਨਾ ਹੋਵੇ ਕਿਵੇਂ ਹੋ ਸਕਦਾ ਇਧਰੋਂ ਮੁੱਖੋਂ ਬਚਨ ਨਿਕਲਿਆ ਖਾਨ ਬਹਾਦਰ ਜ਼ਕਰੀਆ ਖਾਨ ਸੜ ਬਲ ਗਿਆ ਮੰਤਰੀਆਂ ਸੰਤਰੀਆਂ ਵਿੱਚ ਬੈਠਾ ਹੋਇਆ ਵੀ ਇੱਕ ਆਮ ਸਿੱਖ ਨੇ ਆਖਿਆ ਵੀ ਮੇਰੇ ਸਿਰ 'ਤੇ ਜੁੱਤੀ ਵਜੇਗੀ। ਮੋਚੀ ਨੂੰ ਬੁਲਾਇਆ ਗਿਆ ਕਹਿਣ ਲੱਗਾ ਵੀ ਜੇ ਇਹ ਦੇ ਕੇਸ ਕਤਲ ਨਹੀਂ ਕੀਤੇ ਜਾਂਦੇ ਤੇ ਆਪਣੀ ਤਿੱਖੀ ਰੰਬੀ ਦੇ ਨਾਲ ਤਿੱਖੇ ਜਮੂਰਾ ਦੇ ਨਾਲ ਤਿੱਖੇ ਸਸਤਰਾਂ ਦੇ ਨਾਲ ਜਿਨ੍ਹਾਂ ਦੇ ਨਾਲ ਤੂੰ ਵੱਡਾ ਵੱਡਾ ਤੇ ਮੋਟਾ ਮੋਟਾ ਚਮੜਾ ਕੱਟਦਾ ਹੈ ਉਹਨਾਂ ਉਹ ਯਾਰਾਂ ਦੇ ਨਾਲ ਇਹਦਾ ਅੱਧਾ ਸਿਰ ਵਾੜ ਦੇ। ਉਹ ਜਿਹੜਾ ਮੋਚੀ ਉਸੇ ਤਰ੍ਹਾਂ ਕੀਤਾ ਸਿਰ ਵੱਢਿਆ ਗਿਆ ਜਕਰੀਆ ਕਾਨ ਖੋਸ਼ ਹੈ ਹੁਣ ਇਹ ਕਹਿ ਰਿਹਾ ਸੀ ਜੁੱਤੀ ਅੱਗੇ ਲਾ ਕੇ ਲੈ ਕੇ ਜਾਵਾਂਗਾ ਇਹਦੀ ਮੌਤ ਦਾ ਤੇ ਪ੍ਰਬੰਧ ਮੈਂ ਕਰ ਦਿੱਤਾ ਗੁਰੂ ਕੇ ਸਿੱਖ ਦਾ ਕਟਿਆ ਹੋਇਆ ਸਿਰ ਸੀਸ ਅੱਧਾ ਕਟਿਆ ਗਿਆ ਬੜੀਆਂ ਬੇਮਿਸਾਲ ਮਸਾਲਾ ਨੇ ਸਿੱਖ ਧਰਮ ਦੇ ਵਿੱਚ ਉਦਾਹਰਨਾਂ ਆਖਦੇ ਆ ਨਾ ਬਾਬਾ ਦੀਪ ਸਿੰਘ ਦਾ ਪੂਰਾ ਸੀਸ ਕਟਿਆ ਗਰਦਨ ਕਟੇ ਗਈ ਤੇ ਉਹ ਕਿੰਨਾ ਸਮਾਂ ਦੁਸ਼ਮਨ ਨਾਲ ਲੜਦੇ ਰਹਿ ਭਾਈ ਤਾਰੂ ਸਿੰਘ ਦਾ ਅੱਧਾ ਸਿਰ ਲੱਥ ਗਿਆ ਪਰ ਉਹ ਕਿੰਨੇ ਦਿਨ ਜਿਹੜਾ ਜ਼ਕਰੀਆ ਖਾਨ ਨਾਲ ਵਚਨ ਕੀਤਾ ਨਾ ਪੂਰਾ ਕਰਨ ਵਾਸਤੇ ਬੈਠ ਗਿਆ ਚੌਕੜਾ ਲਾ ਕੇ ਇਧਰੋਂ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਜਦੋਂ ਬੰਦੇ ਤੇ ਮੁਸੀਬਤ ਪੈਂਦੀ ਹੈ ਨਾ ਉਦੋਂ ਉਹ ਨੂੰ ਆਪਣੀ ਔਕਾਤ ਚੇਤੇ ਆਉਂਦੀ ਹੈ ਨਹੀਂ ਤੇ ਬੰਦਾ ਆਪਣੇ ਆਪ ਨੂੰ ਬੰਦਾ ਨਹੀਂ ਰੱਬ ਮੰਨਣ ਲੱਗ ਪੈਂਦਾ ਹੁਣ ਵੈਦ ਤੇ ਹਕੀਮ ਬੁਲਾਏ ਗਏ ਨਹੀਂ ਕੋਈ ਉਪਚਾਰ ਹੋਇਆ ਦਵਾਈ ਕੋਈ ਅਸਰ ਨਹੀਂ ਕਰਦੀ ਹੈ ਜਿੱਥੇ ਦੁਆ ਹੋ ਜਾਵੇ ਨਾ ਉੱਥੇ ਦਵਾਈ ਕੰਮ ਨਹੀਂ ਕਰੇਗੀ بڑے بڑے ਤਾੰਤਰਿਕ ਬੁਲਾਏ ਗਏ ਹੋ ਸਕਦਾ ਗੁਰੂ ਕੇ ਸਿੱਖ ਨੇ ਕੋਈ ਮੰਤਰ ਪੜ੍ਹ ਦਿੱਤਾ ਹੋਵੇ ਤਾਂ ਤਰੇ ਕਾ ਨੇ ਆਪੂ ਆਪਣੇ ਮੰਤਰ ਜਾਪੜੇ ਪਰ ਕਿਸੇ ਨਾਲ ਫਰਕ ਨਹੀਂ ਪਿਆ ਤੇ ਅਖੀਰ ਤੇ ਗੱਲ ਇੱਥੇ ਆ ਕੇ ਪਹੁੰਚੀ ਵੀ ਇਹ ਭਾਈ ਤਾਰੂ ਸਿੰਘ ਦੇ ਬਚਨਾ ਨਾਲ ਹੋਇਆ ਹੁਣ ਪਿਸ਼ਾਬ ਰੁਕ ਜਾਵੇ ਨਾ ਤੇ ਫਿਰ ਦਰਦ ਹੁੰਦੀ ਹੈ ਪੀੜ ਹੁੰਦੀ ਹੈ ਪੀੜ ਦੇ ਨਾਲ ਕਰਲਾਉਂਦਾ ਪਿਆ ਜਕਰੀਆ ਕਾ ਲੰਮੀ ਸਾਖੀ ਹੈ ਗੁਰਮਖੋ ਫਿਰ ਪੰਥ ਨੇ ਅਰਦਾਸ ਕੀਤੀ ਗੁਰੂ ਕੇ ਖਾਲਸੇ ਨੇ ਅਰਦਾਸ ਕਰਕੇ ਭਾਈ ਤਾਰੂ ਸਿੰਘ ਦੇ ਚਰਨਾਂ ਦਾ ਜੋੜਾ ਲੈ ਕੇ ਤੇ ਉਹ ਜੁੱਤੀ ਜਿਹੜੀ ਹੈ ਚਰਨਾਂ ਵਾਲੀ ਜਕਰੀਆ ਖਾਨ ਦੇ ਸੂਬੇਦਾਰ ਦੇ ਸਿਰ ਵਿੱਚ ਮਾਰੀ ਜਾਂਦੀ ਹੈ ਪਹਿਲਾਂ ਤੇ ਨੌਕਰ ਚਾਕਰ ਹੌਲੀ-ਹੌਲੀ ਮਾਰਦੇ ਵੀ ਸੂਬੇਦਾਰ ਗੁੱਸਾ ਨਾ ਕਰੇ ਜੇ ਜੁੱਤੀ ਹੌਲੀ ਵੱਜਦੀ ਹੈ ਤੇ ਥੋੜਾ ਜਿਹਾ ਬੰਨ ਖੁੱਲਦਾ ਆਪ ਆਪ ਦੇ ਮੂੰਹੋਂ ਕਹਿੰਦਾ ਜ਼ੋਰ ਦੀ ਮਾਰੋ ਆਪਣੇ ਨੌਕਰਾਂ ਨੂੰ ਕਹਿੰਦਾ ਜ਼ੋਰ ਦੀ ਜੁੱਤੀ ਮਾਰ ਜਿੰਨੀ ਯੋਰ ਦੀ ਵੱਜਦੀ ਹੈ ਓਨੀ ਮੈਨੂੰ ਰਾਹਤ ਮਿਲਦੀ ਹੈ ਜੁੱਤੀਆਂ ਖਾਂਦਾ ਰਿਆ ਜੁੱਤੀਆਂ ਖਾ ਖਾ ਕੇ 22 ਦਿਨ ਇੱਕ ਦਿਨ ਨਹੀਂ 22 ਦਿਨ ਸਜ਼ਾ ਮਿਲੀ ਜਕਰੀਆ ਖਾ ਜੁੱਤੀਆਂ ਖਾ ਖਾ ਕੇ ਸਿਰ ਸਾਰਾ ਉੱਡ ਗਿਆ ਸਿਰ ਦੀਆਂ ਨਾੜਾਂ ਸਾਰੀਆਂ ਫਿਸ ਗਈਆਂ ਤੇ 22 ਦਿਨਾਂ ਪਿਛੋਂ ਜਾ ਕੇ ਮੌਤ ਨੂੰ ਪ੍ਰਾਪਤ ਹੋਇਆ ਤੇ ਫਿਰ ਜਾ ਕੇ ਸਿੱਖਾਂ ਨੇ ਦੱਸਿਆ ਕਹਿਣ ਲੱਗੇ ਭਾਈ ਤਾਰੂ ਸਿੰਘ ਜੀ ਜਕਰੀਆ ਖਾਨ ਮਰ ਗਿਆ ਜੁੱਤੀਆਂ ਖਾ ਖਾ ਕੇ ਕਹਿਣ ਲੱਗੇ ਬਸ ਅਸੀਂ ਉਹ ਬਚਨ ਹੀ ਉਡੀਕਦੇ ਪੈਸਾ ਜਿਹੜਾ ਇਹਦੇ ਨਾਲ ਕੀਤਾ ਸੀ ਵੀ ਤੈਨੂੰ ਜੁੱਤੀ ਅੱਗੇ ਲਾ ਕੇ ਪਹਿਲਾਂ ਤੋੜਾਂਗੇ ਬਾਅਦ ਵਿੱਚ ਅਸੀਂ ਆਵਾਂਗੇ ਲਿਆਓ ਸਾਡੇ ਵਾਸਤੇ ਵੀ ਜਲ ਲਿਆਓ ਹਰਿਮੰਦਰ ਦੇ ਸਰੋਵਰ ਦੇ ਵਿੱਚੋਂ ਅਸੀਂ ਵੀ ਇਸ਼ਨਾਨ ਕਰਕੇ ਤੇ ਇਸ ਦੁਨੀਆ ਤੋਂ ਕੁਝ ਕਰੀਏ ਮਹਾਰਾਜ ਕਹਿਣ ਲੱਗੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹਰੀ ਰੂਪ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਆਪਣੇ ਸਿੱਖ ਦੀ ਇੱਛਾ ਪੂਰੀ ਕਰਨ ਵਾਲੇ ਜਿਵੇਂ ਭਾਈ ਤਾਰੂ ਸਿੰਘ ਦੀ ਪੂਰੀ ਕੀਤੀ ਐ ਜਕਰੀਆ ਖਾਨ ਤੈਨੂੰ ਅੱਗੇ ਲਾ ਕੇ ਦੁਨੀਆ ਤੋਂ ਤੋਰਾਂਗੇ ਫਿਰ ਦੁਨੀਆ ਤੋਂ ਅਸੀਂ ਆਵਾਂਗੇ ਬਿਰਤੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਤੂੰ ਜਨ ਬਣ ਗੁਰਮੁਖ ਬਣ ਸਿੱਖ ਬਣ ਤੇਰੀ ਅਰਦਾਸ ਤੇਰੀ ਇੱਛਾ ਗੁਰੂ ਅਧੂਰੀ ਨਹੀਂ ਰਹਿਣ ਦੇਵੇਗਾ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਨ ਆਇਆ ਰਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਇਹ ਵੀ ਤੇ ਕੰਮ ਹੀ ਹੈ ਨਾ ਵੀ ਤੈਨੂੰ ਅੱਗੇ ਲਾ ਕੇ ਤੋੜਨਾ ਤੇ ਤੋਰਿਆ ਤੇ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਕਹਿਣ ਲੱਗੇ ਐ ਸਾਹ ਉਹ ਪ੍ਰਮਾਤਮਾ ਉਹਦੇ ਨਾਮ ਨੂੰ ਜਪ ਤੇਰੀ ਕੋਈ ਵੀ ਇੱਛਾ ਹੋਵੇ ਪੂਰੀ ਕਰੇਗਾ ਪੂਰੀ ਹੁੰਦੀ ਹੈ ਤੇ ਜੇ ਨਈ ਯਕੀਨ ਆਉਂਦਾ ਤੇ ਇਹ ਸਾਖੀ ਤੇਰੇ ਵਾਸਤੇ ਗਵਾਹੀ ਦਾ ਕੰਮ ਕਰੇਗੀ ਵੀ ਭਾਈ ਤਾਰੂ ਸਿੰਘ ਦੀ ਇਹ ਇੱਛਾ ਪੂਰੀ ਹੋਈ ਫਿਰ ਬਖਸ਼ਿਸ਼ ਕਰਦੇ ਹਾਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਉਹ ਜਿਹੜਾ ਪ੍ਰਮਾਤਮਾ ਹੈ ਨਾ ਹਰੀ ਉਹ ਜਿੱਥੇ ਇੱਛਾ ਪੂਰੀਆਂ ਕਰਦਾ ਉੱਥੇ ਸਾਰੇ ਸੁੱਖਾਂ ਦਾ ਦਾਤਾ ਵੀ ਹੈ ਸਰਬ ਸੁੱਖਾਂ ਦਾ ਦਾਤਾ ਸਤਿਗੁਰੂ ਤਾਂ ਕੀ ਸਰਣੀ ਪਾਈ ਹੈ ਆਪਾਂ ਵੱਡੀ ਤੋਂ ਵੱਡੀ ਦੁਕਾਨ ਤੇ ਚਲੇ ਜਾਈਏ ਨਾ ਸ਼ੋਰੂਮ ਤੇ ਚਲੇ ਜਾਈਏ ਸਟੋਰ ਤੇ ਚਲੇ ਜਾਈਏ ਇਹ ਪੱਕੀ ਸਾਡੇ ਮਨ ਵਿੱਚ ਭਰੋਸਾ ਨਹੀਂ ਹੈ ਵੀ ਸਾਰੀਆਂ ਵਸਤੂਆਂ ਇੱਥੋਂ ਮਿਲ ਹੀ ਜਾਣਗੀਆਂ ਨਹੀਂ ਕੋਈ ਨਾ ਕੋਈ ਵਸਤੂ ਆਖਣਗੇ ਵੀ ਅੱਜਕੱਲ ਨਹੀਂ ਹੈ ਕੰਪਨੀ ਕਿੱਡੀ ਵੀ ਵੱਡੀ ਹੈ ਉਹਨਾਂ ਦਾ ਸਟੋਰ ਕਿੱਡਾ ਵੀ ਵੱਡਾ ਹੈ ਸਮਾਨ ਉਹਨਾਂ ਕੋਲ ਕਿੰਨਾ ਵੀ ਬਹੁਤਾ ਹੈ ਪਰ ਹਰੇਕ ਸਮੇਂ ਹਰੇਕ ਵਸਤੂ ਉਹਨਾਂ ਦੇ ਕੋਲ ਨਹੀਂ ਹੈ ਕਦੇ ਉਹਨਾਂ ਨੂੰ ਵੀ ਕਹਿਣਾ ਪੈਂਦਾ ਵੀ ਨਹੀਂ ਇਹ ਹੈ ਨਹੀਂ ਮੰਗਵਾ ਦੇਵਾਂਗੇ ਪਰ ਤੈਨੂੰ ਗੁਰੂ ਇਹ ਨਹੀਂ ਕਹੇਗਾ ਵੀ ਗੁਰੂ ਕਿਹਾ ਸਿੱਖਾ ਤੂੰ ਆ ਸੁੱਖ ਮੰਗਿਆ ਤੇ ਇਸ ਵੇਲੇ ਮੇਰੇ ਕੋਲ ਇਹ ਸੁੱਖ ਨਹੀਂ ਹੈਗਾ ਤੂੰ ਕੱਲ ਨੂੰ ਲੈ ਜਾਈ ਪਰਸੋਂ ਲੈ ਜਾਈ ਅਗਲੇ ਸਾਲ ਮਿਲੇਗਾ ਨਹੀਂ ਇੱਥੇ ਸਾਰੇ ਸੁੱਖ ਹਰ ਵੇਲੇ ਹੀ ਬੈਠੇ ਹੋਏ ਨੇ ਤੂੰ ਮੰਗ ਤੇ ਸਹੀ ਮੈਨੂੰ ਇਹ ਸੁੱਖ ਚਾਹੀਦਾ ਉਸੇ ਵੇਲੇ ਮਿਲੇਗਾ ਗੁਰੂ ਨਹੀਂ ਇਹ ਕਹਵੇਗਾ ਵੀ ਅੱਜ ਮੇਰੇ ਕੋਲ ਸੁੱਖ ਨਹੀਂ ਹੈ ਤੇ ਅੱਜ ਨਹੀਂ ਮਿਲੇਗਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹਰੀ ਸਰੂਪ ਸਤਿਗੁਰੂ ਇੱਛਾ ਵੀ ਪੂਰੀਆਂ ਕਰਦੇ ਤੇ ਸਾਰੇ ਸੁੱਖ ਜਦੋਂ ਮੰਗੀਏ ਉਸੇ ਵੇਲੇ ਹੀ ਦੇ ਦਿੰਦੇ ਐਸੀਆਂ ਦਾਤਾ ਬਖਸ਼ਿਸ਼ ਕਰਦੇ ਹਨ ਜਾ ਕੇ ਵਸ ਹੈ ਕਾਮ ਤੇਨ ਸੁਖੋ ਕਾਮ ਤੇਨ ਇੱਕ ਗਾਂ ਦਾ ਨਾਮ ਹੈ ਗਊ ਜਿਸ ਨੂੰ ਗਾਂ ਕਿਹਾ ਜਾਂਦਾ ਨਾ ਇਹ ਨਾਮ ਉਹਦਾ ਹੈ ਕਾਮ ਤੇ ਤੇ ਕਾਮ ਤੇਨ ਤੇਨ ਨਾਮ ਗਾਂ ਨੂੰ ਹੀ ਕਹਿੰਦੇ ਨੇ ਤੇ ਕਾਮ ਨੂੰ ਕਾਮ ਤੋਂ ਭਾਵ ਹੁੰਦਾ ਕਾਮਨਾ ਪੂਰੀਆਂ ਕਰਨ ਵਾਲੀ ਕਾਮਨਾ ਪੂਰੀਆਂ ਕਰਨ ਵਾਲਾ ਪਸ਼ੂ ਕਾਮਨਾ ਪੂਰੀ ਕਰਨ ਵਾਲੀ ਜਿਹੜੀ ਗਾਂ ਹੈ ਕਹਿਣ ਲੱਗੇ ਵੀ ਉਹ ਪਰਮਾਤਮਾ ਦੇ ਵਸ ਵਿੱਚ ਹੈ ਵਿਦਵਾਨਾਂ ਨੇ ਲਿਖਿਆ ਵੀ ਦੇਵਤਿਆਂ ਤੇ ਦਿਨਤਾ ਨੇ ਮਿਲ ਕੇ ਨਾ ਖੀਰ ਸਮੁੰਦਰ ੜਕਿਆ ਸ਼ਾਸਤਰਾਂ ਵਿੱਚ ਇਹ ਬਚਨ ਲਿਖਿਆ ਹੈ ਜਦੋਂ ਖੀਰ ਸਮੁੰਦਰ ਡਿੜਕਿਆ ਤੇ ਉਹਦੇ ਵਿੱਚੋਂ 14 ਰਤਨ ਨਿਕਲੇ 14 ਪਦਾਰਥ ਨਿਕਲੇ ਸਮੁੰਦਰ ਵਿੱਚੋਂ ਤੇ 14 ਪਦਾਰਥਾਂ ਵਿੱਚੋਂ ਇਹ ਕਾਮਧੇਨ ਗਊ ਨਿਕਲੀ ਤੇ ਜਦੋਂ ਮੰਡ ਹੋਈ ਨਾ ਵੀ ਕਿਨੂੰ ਕਿਨੂੰ ਕੀ ਕੀ ਦੇਣਾ ਤੇ ਇੰਦਰ ਨੇ ਉਸ ਵੇਲੇ ਮੰਗ ਲਿਆ ਵੀ ਮੈਨੂੰ ਕਾਮਧੇਨ ਗਊ ਦੇ ਦਿਓ ਕਿਉਂਕਿ ਮੇਰੇ ਕੋਲ ਬੜੀਆਂ ਬੜੀਆਂ ਲੋੜਾਂ ਨੇ ਜ਼ਰੂਰਤਾਂ ਨੇ ਜਿਹੜੀ ਮੇਰੇ ਕੋਲ ਜ਼ਰੂਰਤ ਕੋਈ ਹੋਇਆ ਕਰੇਗੀ ਮੈਂ ਇਸ ਗਊ ਦੇ ਕੋਲੋਂ ਗਾਂ ਕੋਲੋਂ ਪੂਰੀ ਕਰ ਲਿਆ ਕਰਾਂਗਾ ਉਹ ਜਿਹੜੀ ਗਾਂ ਹੈ ਨਾ ਸਵਰਗਾਂ ਦੇ ਵਿੱਚ ਕਹਿਣ ਲੱਗੇ ਵੀ ਦੇਵਤਿਆਂ ਨੂੰ ਪ੍ਰਾਪਤ ਹੋ ਗਈ। ਤੇ ਜਿਹੜੀ ਵਸਤੂ ਉਹਦੇ ਕੋਲੋਂ ਮੰਗ ਲਈਏ ਨਾ ਜਾ ਕੇ ਵੀ ਮੈਨੂੰ ਆਹ ਵਸਤੂ ਦੇ ਦੇ। ਉਹ ਵਸਤੂ ਉਸੇ ਵੇਲੇ ਹੀ ਮਿਲ ਜਾਂਦੀ ਹੈ। ਇੱਕ ਚੀਜ਼ ਨਹੀਂ ਮਿਲਦੀ ਹੈ। ਉਹ ਇਹ ਹੈ ਵੀ ਉਹ ਗਾਂ ਮੁਕਤੀ ਨਹੀਂ ਦੇ ਸਕਦੀ। ਜੇ ਤੂੰ ਇਹ ਗੱਲ ਕਹਵੇਂ ਨਾ ਵੀ ਮੈਨੂੰ ਜੰਮਣ ਮਰਨ ਤੋਂ ਮੁਕਤ ਕਰ ਦੇ। ਇਹ ਨਹੀਂ ਕਰ ਸਕਦੀ। ਇਹਦੇ ਤੋਂ ਬਿਨਾ ਸਾਰੇ ਪਦਾਰਥ ਦੇ ਦੇਵੇਗੀ। ਉਹ ਹਣ ਗਊ ਜਿਹੜੀ ਦੇਵਤਿਆਂ ਦੇ ਕੋਲ ਲੋਕੀ ਦੇਵਤਿਆਂ ਦੀਆਂ ਆਰਤੀਆਂ ਉਤਾਰਦੇ ਦੇਵਤਿਆਂ ਦੀ ਪੂਜਾ ਕਰਦੇ ਦੇਵਤਿਆਂ ਦੀਆਂ ਆਹੂਤੀਆਂ ਦਿੰਦੇ ਦੇਵਤਿਆਂ ਦੇ ਵਰਤ ਰੱਖਦੇ ਦੇਵਤਾ ਖੁਸ਼ ਹੋਵੇਗਾ ਤੇ ਉਸ ਗਊ ਕੋਲੋਂ ਮੈਨੂੰ ਕੁਝ ਮਿਲ ਜਾਏਗਾ ਸਤਿਗੁਰੂ ਕਹਿਣ ਲੱਗੇ ਇਹ ਗੁਰੂ ਕੀ ਬਾਣੀ ਗੁਰਮੁਖਾ ਕਾਮ ਤੇ ਹਣ ਗਊ ਹੈ ਇਹ ਤੇਰੇ ਕੋਲ ਹੀ ਹੈ ਜਦੋਂ ਪੜ੍ਹੇਗਾ ਨਾ ਇਹ ਉਹੀ ਪਦਾਰਥ ਦੇਵੇਗੀ ਜਿਹੜਾ ਮੰਗ ਲਵੇਗਾ ਉਹ ਜਿਹੜੀ ਗਊ ਦੇਵਤਿਆਂ ਕੋਲ ਹੈ ਉਹ ਮੁਕਤੀ ਨਹੀਂ ਦੇ ਸਕਦੀ ਗੁਰੂ ਦੀ ਬਾਣੀ ਪੜ ਕੇ ਮੁਕਤੀ ਵੀ ਮਿਲ ਜਾਂਦੀ ਹੈ ਗੁਰੂ ਦੀ ਬਾਣੀ ਇਹ ਹੈ ਕਾਮ ਤੇਨ ਗਊ ਇਥੋਂ ਮੁਕਤੀ ਵੀ ਮਿਲਦੀ ਹੈ ਇਥੋਂ ਪਦਾਰਥ ਵੀ ਮਿਲ ਜਾਂਦੇ ਤੇ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਜਾ ਕੇ ਵਸ ਹੈ ਕਾਮ ਤੇਨਾ ਇਹ ਕਾਮ ਤੇਨ ਗਊ ਜਿਹੜੀ ਹੈ ਇਸ ਗੁਰੂ ਦੇ ਹੁਕਮ ਦੇ ਵਿੱਚ ਪਰਮੇਸ਼ਰ ਦੇ ਹੁਕਮ ਦੇ ਵਿੱਚ ਗੁਰੂ ਕਿਆ ਸਿੱਖਾ ਬਾਣੀ ਪੜ ਤੇ ਪਦਾਰਥ ਤੈਨੂੰ ਮਿਲ ਜਾਣੇ ਹਨ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਐਸੇ ਪਰਮਾਤਮਾ ਦੇ ਨਾਮ ਨੂੰ ਧਿਉਣਾ ਕਰ ਜੀ ਆੜੇ ਇਹ ਜੀਵ ਆਪਣੇ ਮਨ ਕਰਕੇ ਇਸ ਪਰਮਾਤਮਾ ਦੇ ਨਾਮ ਨੂੰ ਜਪ ਜਿਹੜੇ ਸਾਰਿਆਂ ਸੁੱਖਾਂ ਨੂੰ ਦੇਣ ਵਾਲਾ ਹੈ ਔਰ ਉਹਦੇ ਨਾਲ ਨਾਲ ਤੇਰੇ ਮਨ ਦੀਆਂ ਵਾਂ ਜਿਹੜੀਆਂ ਵਾਸ਼ਨਾਵਾਂ ਨੇ ਬਣਦੇ ਫੁਰਨੇ ਜਿਹੜੇ ਨੇ ਉਹਨਾਂ ਨੂੰ ਪੂਰਿਆ ਕਰ ਦਿੰਦਾ ਸੋ ਬੇਨਤੀ ਹੈ ਸੇਵਾਦਾਰਾਂ ਨੂੰ ਕਿ ਦਰਵਾਜ਼ਾ ਬੰਦ ਕਰ ਦਿਓ ਕਾਫੀ ਆਵਾਜ਼ ਜਿਹੜੀ ਹੈ ਉਹ ਆ ਰਹੀ ਹੈ ਮਹਾਰਾਜ ਕਹਿਣ ਲੱਗੇ ਵੀ ਉਹ ਕਾਮ ਤੇਨ ਗਉ ਉਹਦੇ ਹੁਕਮ ਦੇ ਵਿੱਚ ਹੈ ਸਾਰੇ ਪਦਾਰਥਾਂ ਨੂੰ ਦੇਣ ਵਾਲੀ ਹੈ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਦੋਂ ਉਹਦੇ ਨਾਮ ਨੂੰ ਜਪੇਗਾ ਤੇ ਸਾਰੇ ਸੁੱਖ ਜਿਹੜੇ ਤੈਨੂੰ ਪ੍ਰਾਪਤ ਹੋ ਜਾਣ। ਸਾਡੇ ਸੁੱਖਾਂ ਦੀ ਗਿਣਤੀ ਨਹੀਂ ਹੈ ਨਾ। ਇੱਕ ਸੁੱਖ ਮੰਗੀਦਾ ਦੂਜੇ ਦੀ ਫਿਰ ਲੋੜ ਹੈ। ਦੂਜਾ ਮੰਗੀਦਾ ਤੀਜੇ ਦੀ ਫਿਰ ਲੋੜ ਹੈ। ਤੀਜਾ ਸੁੱਖ ਮੰਗਿਆ ਚੌਥੇ ਦੀ ਫਿਰ ਲੋੜ ਪੈ ਗਈ ਹੈ। ਸਾਨੂੰ ਹਰੇਕ ਵੇਲੇ ਹਰੇਕ ਸੁੱਖ ਚਾਹੀਦਾ। ਔਰ ਅੱਗੇ ਤੋਂ ਅੱਗੇ ਸੁੱਖ ਚਾਹੀਦੇ। ਮਹਾਰਾਜ ਨੇ ਬਚਨ ਹੀ ਨਿਬੇੜ ਦਿੱਤਾ ਕਹਿਣ ਲੱਗੇ ਤਾਂ ਸਰਬ ਸੁਖ ਪਾਵੈ। ਅੱਜ ਇੱਕ ਮੰਗੇਗਾ ਕੱਲ ਨੂੰ ਦੂਜਾ ਮੰਗੇਗਾ ਫਿਰ ਤੀਜਾ ਮੰਗੇਗਾ ਤੈਨੂੰ ਸਾਰੇ ਇਕੱਠੇ ਹੀ ਮਿਲ ਜਾਣਗੇ ਕੋਈ ਰਹਿ ਹੀ ਨਹੀਂ ਜਾਵੇਗਾ ਫਰਕ ਵੀ ਆਹ ਸੁੱਖ ਚਾਹੀਦਾ ਸੀ ਮਿਲਿਆ ਨਹੀਂ ਜਿਹੜਾ ਤੈਨੂੰ ਕੱਲ ਨੂੰ ਚਾਹੀਦੋ ਅੱਜ ਹੀ ਮਿਲ ਜਾਣਾ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ ਜਪ ਮੰਨ ਸਤਨਾਮ ਸਦਾ ਸਤਨਾਮ ਸਤਗੁਰੂ ਤੋਂ ਪੁੱਛਿਆ ਮਹਾਰਾਜ ਕੀ ਕਰੀਏ ਸਤਗੁਰੂ ਕਹਿੰਦੇ ਜਪ ਮਨ ਮਨਾ ਜਪ ਕੀ ਜਪ ਸਤਨਾਮ ਸਤ ਤੋਂ ਭਾਵ ਹੁੰਦਾ ਸੱਚਾ ਸੱਚਾ ਨਾਮ ਹੈ ਪਰਮਾਤਮਾ ਦਾ ਅਸੀਂ ਸਾਰੀ ਉਮਰ ਆਪਣਾ ਨਾਮ ਬਣਾਉਂਦੇ ਰਹੀਏ ਕਾਡ ਤੇ ਲਿਖ ਕੇ ਕੰਨਾਂ ਤੇ ਲਿਖ ਕੇ ਇਸ਼ਤਿਹਾਰਾਂ ਵਿੱਚ ਲਿਖ ਕੇ ਅਖਬਾਰਾਂ ਵਿੱਚ ਦੇ ਕੇ ਮੇਰਾ ਇਹ ਨਾਮ ਹੈ ਮੇਰਾ ਇਹ ਨਾਮ ਹੈ ਮੇਰੀ ਇੰਨੀ ਪਹੁੰਚ ਹੈ ਸਾਰੀ ਉਮਰ ਨਾਮ ਕਮਾਉਣ ਵਾਲਾ ਵਿਅਕਤੀ ਨਾਮ ਬਣਾਉਣ ਵਾਲਾ ਵਿਅਕਤੀ ਜਦੋਂ ਮਰਦਾ ਹੈ ਨਾ ਦੁਨੀਆ ਤੋਂ ਉਹਦੀ ਅਰਥੀ ਨੂੰ ਮੋਢੇ ਤੇ ਚੁੱਕਿਆ ਜਾਂਦਾ ਤੇ ਕੋਈ ਇਹ ਨਹੀਂ ਕਹਿੰਦਾ ਵੀ ਇਹ ਫਲਾਣੇ ਵਿਅਕਤੀ ਦੀ ਜੈ ਹੋਵੇ ਉਥੇ ਇਹ ਕਿਹਾ ਜਾਂਦਾ ਹੈ ਵੀ ਰਾਮ ਨਾਮ ਸਤ ਹੈ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੀ ਅਟਲ ਸਾਡਾ ਨਾਮ ਉਹਨਾਂ ਚਿਰ ਚੱਲਿਆ ਜਿੰਨਾ ਚਿਰ ਸਾਡੇ ਸਰੀਰ ਵਿੱਚ ਪ੍ਰਾਨ ਨੇ ਪ੍ਰਾਨ ਨਿਕਲੇ ਨਹੀਂ ਤੇ ਨਾਲ ਹੀ naam ਵੀ ਖਤਮ ਹੋ ਗਿਆ naam ਰਹਿ ਗਿਆ ਪਰਮਾਤਮਾ ਦਾ ساری ਉਮਰ naam ਬਣਾਉਣ ਵਾਲਾ ਆਪ ਸ਼ਮਸ਼ਾਨ ਨੂੰ ਚੱਲਿਆ ਤੇ ਆਪਦੇ naam ਦੀ ਜਾਇਜਾਕਾਰ ਨਹੀਂ ਕਰਾ ਸਕਿਆ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਤ naam ਪਰਮਾਤਮਾ ਦਾ naam ਹਮੇਸ਼ਾ ਸਤ ਸੱਚਾ ਹੈ ਤੇ ਉਹ ਸੱਚਾ naam ਨੂੰ ਜਪਨਾ ਕਰ ਫਿਰ ਅਸੀਂ ਜਦੋਂ naam ਜਪਦੇ ਆ ਨਾ ਸਾਡੇ ਮਨ ਵਿੱਚ ਇੱਕ ਸਵਾਲ ਪੈਦਾ ਹੋ ਜਾਂਦਾ ਵੀ naam ਕਿੰਨਾ ਚਿਰ ਜਪੀਏ ਡਾਕਟਰ ਦੇ ਕੋਲ ਜਾਈਦਾ ਨਾ ਦਵਾਈ ਲੈਣ ਵਾਸਤੇ ਉੱਥੇ ਪੁੱਛਿਆ ਜਾਂਦਾ ਕਿਹੜੀ ਖੁਰਾਕ ਕਿਹੜੀ ਗੋਲੀ ਕਦੋਂ ਖਾਣੀ ਕਿੰਨੇ ਘੰਟੇ ਬਾਅਦ ਖਾਣੀ ਹੈ ਸਾਡਾ ਸੁਭਾਅ ਬਣ ਗਿਆ ਅਸੀਂ ਨਾਮ ਵਾਲੇ ਵੀ ਪੁੱਛਦੇ ਹਾਂ ਵੀ ਨਾਮ ਜਪੀਏ ਕਦੋਂ ਸਵੇਰੇ ਜਪੀਏ ਸ਼ਾਮ ਜਪੀਏ ਦੁਪਹਿਰੇ ਜਪੀਏ ਰਾਤ ਜਪੀਏ ਕਦੋਂ ਜਪੀਏ ਇਹ ਵੀ ਕਿਰਪਾ ਕਰਕੇ ਦੱਸ ਦਿਓ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਸਦਾ ਸਤਨਾਮ ਸਦਾ ਵਾਸਤੇ ਦਿਨੇ ਟਾਈਮ ਮਿਲਦਾ ਰਾਤ ਟਾਈਮ ਮਿਲਦਾ ਦੁਪਹਿਰੇ ਟਾਈਮ ਮਿਲਦਾ ਸ਼ਾਮ ਨੂੰ ਵੀ ਜਪ ਸਕਦਾ ਜਦੋਂ ਮਰਜ਼ੀ ਜਿਸ ਵੇਲੇ ਮਰਜ਼ੀ ਤੂੰ ਉਹਦੇ ਨਾਮ ਨੂੰ ਜਪ ਸਕਦਾ ਅਸੀਂ ਤੇ ਇਹ ਗੱਲ ਕਵਾਂਗੇ ਵੀ ਹਰ ਵੇਲੇ ਜਪ ਹਰ ਵੇਲੇ ਜਪ ਜਪਦਾ ਰਹੇ ਉਹਦੇ ਨਾਮ ਜਿਹਦਾ ਨਾਮ ਸੱਚਾ ਹੈ ਫਿਰ ਬਖਸ਼ਿਸ਼ ਕਰਦੇ ਖਾਨਾ ਜਪ ਮੰਨ ਸਤਨਾਮ ਸਦਾ ਸਤਨਾਮ ਸਤਗੁਰੂ ਪਾਤਸ਼ਾਹ ਕਹਿਣ ਲਗੇ ਪ੍ਰਮਾਤਮਾ ਦੇ ਨਾਮ ਨੂੰ ਮਨ ਕਰਕੇ ਜਪ ਉਹਦੇ ਨਾਮ ਨੂੰ ਸ਼ਰੀਰ ਕਰਕੇ ਵੀ ਜਪ ਉਹਦੇ ਨਾਮ ਨੂੰ ਬਾਣੀ ਕਰਕੇ ਵੀ ਜਪ ਐਸਾ ਉਹਦਾ ਨਾਮ ਹੈ ਹਰ ਵੇਲੇ ਉਹਦੇ ਨਾਮ ਨੂੰ ਜਪਣ ਵਿੱਚ ਲੱਗਾ ਰੋ ਜਿਹਦਾ ਨਾਮ ਹਮੇਸ਼ਾ ਸੱਚਾ ਹੈ ਪਲਤ ਪਲਤ ਮੁਖ ਉਜਲ ਹੋਈ ਹੈ ਸਤਗੁਰਾਂ ਤੋਂ ਪੁੱਛਿਆ ਮਹਾਰਾਜ ਨਾਮ ਜਪਾਂਗੇ ਤੇ ਕੀ ਹੋਵੇਗਾ ਅਸੀਂ ਕੰਮ ਭਾਵੇਂ ਕਰੀਏ ਤੇ ਭਾਵੇਂ ਨਾ ਕਰੀਏ ਪਰ ਹੋਵੇਗਾ ਕੀ ਮਿਲੇਗਾ ਕੀ ਇਹ ਸਾਡਾ ਸਵਾਲ ਹਰ ਵੇਲੇ ਬਣਿਆ ਰਹਿੰਦਾ ਤੇ ਸਤਗੁਰਾਂ ਤੋਂ ਪੁੱਛਿਆ ਮਹਾਰਾਜ ਨਾਮ ਜਪਾਂਗੇ ਤੇ ਕੀ ਹੋਵੇਗਾ ਕੀ ਮਿਲੇਗਾ ਇਸ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਾਲਤ ਮੁਖ ਊਜਲ ਹਲਤ ਨਾਮ ਐਸ ਲੋਕ ਦਾ ਇੱਥੇ ਮੁਖ ਤੇਰਾ ਉਜਲਾ ਰਹੇਗਾ ਐਸ ਲੋਕ ਦੇ ਵਿੱਚ ਵੀ ਜੈ ਜੈਕਾਰ ਕਰੇ ਸਭ ਕੋਈ ਇੱਥੇ ਵੀ ਜੈ ਜੈਕਾਰ ਇੱਥੇ ਵੀ ਤੇਰੀ ਉਪਮਾ ਇੱਥੇ ਵੀ ਤੇਰੀ ਵਡਿਆਈ ਇੱਥੇ ਵੀ ਮਾਣ ਬਣਿਆ ਰਹੇਗਾ ਨਾਮ ਜਪਣ ਵਾਲੇ ਦਾ ਇਹ ਦੂਜਾ ਬਚਨ ਮਹਾਰਾਜ ਕਹਿਣ ਲੱਗੇ ਪਲਤ ਮੁਖ ਉਜਲ ਪਲਤ ਕਹਿੰਦੇ ਪਰਲੋਕ ਨੂੰ ਜਿੱਥੇ ਸਰੀਰ ਛੱਡ ਕੇ ਆਤਮਾ ਨੇ ਪਹੁੰਚਣਾ ਉੱਥੇ ਵੀ ਤੇਰਾ ਮੁਖ ਉਜਲਾ ਹੀ ਰਹੇਗਾ ਉੱਥੇ ਵੀ ਮਾਣ ਮਿਲੇਗਾ ਸਨਮਾਨ ਮਿਲੇਗਾ ਤੇ ਜਿਹੜਾ ਨਾਮ ਐਸੀ ਦਾਤ ਦੇਣ ਵਾਲਾ ਹੈ ਐਸ ਲੋਕ ਦੇ ਵਿੱਚ ਵੀ ਮਾਣ ਮਿਲਦਾ ਹੈ ਪਰਲੋਕ ਦੇ ਵਿੱਚ ਵੀ ਮਾਣ ਮਿਲਦਾ ਹੈ ਤੇ ਫਿਰ ਉਸ ਨਾਮ ਨੂੰ ਕਿਉਂ ਨਾ ਜਪੀਏ ਫਿਰ ਤੇ ਜਪਨਾ ਚਾਹੀਦਾ ਹੈ ਨਾ ਲੋਕ ਪਰਲੋਕ ਦੇ ਸੁਖ ਦੇਣ ਵਾਲਾ ਹਾਲਤ ਸੁਖ ਪਲਤ ਸੁਖ ਹਲਤ ਪਲਤ ਮੁਖ ਉਜਲ ਹੋਈ ਹੈ ਇਸ ਲੋਕ ਦੇ ਵਿੱਚ ਪਰਲੋਕ ਦੇ ਵਿੱਚ ਗੁਰਮਖਾਂ ਦੇ ਮੁਖ ਉਜਲੇ ਹੀ ਰਹਿਣਗੇ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨ ਉਜਲੇ ਮੁਖ ਤੋਂ ਭਾਅ ਬੇਦਾਗ ਚੜਦੀ ਕਲਾ ਵਾਲਾ ਜੀਵਨ ਉਨ੍ਹਾਂ ਦੀ ਸੰਗਤ ਵਿੱਚ ਪਤਾ ਨਹੀਂ ਹੋਰ ਕਿੰਨੇ ਕੁ ਛੁੱਟ ਜਾਣੇ ਮੁਕਤ ਹੋ ਜਾਣੇ ਹਨ ਨਿਤ ਧਿਆਈਐ ਹਰਿ ਪੁਰਖ ਨਰੰਜਨਾ ਸਭੂ ਪਾਤਸ਼ਾਹ ਕਹਿਣ ਲਗੇ ਐਸੇ ਨਰੰਜਨ ਪ੍ਰਮਾਤਮਾ ਦੇ ਨਾਮ ਨੂੰ ਨਿਤਾ ਪ੍ਰਤੀ ਧਿਆਉਣਾ ਕਰ ਉਹਦੇ ਨਾਮ ਨੂੰ ਨਿਤਾ ਪ੍ਰਤੀ ਗੁਰਮੁਖਾ ਜਪਨਾ ਕਰੈ ਸਾ ਉਹਦਾ ਨਾਮ ਉਹਦੇ ਨਾਮ ਤੋਂ ਬਿਨਾਂ ਗੱਲ ਨਹੀਂ ਬਣਨੀ ਹੈ ਮਹਾਰਾਜ ਕਹਿਣ ਲਗੇ ਬਨਾਰਸੀ ਤਾਪ ਕਰੈ ਬਨਾਰਸ ਵਿੱਚ ਜਾ ਕੇ ਲੋਕ ਤਾਪ ਕਰਦੇ ਅਗਬਾਲ ਬਾਲ ਕੇ ਧੂੜੀਆਂ ਤਾ ਤਾ ਕੇ ਉਲਟ ਤੀਰਥ ਮਰੈ ਉਲਟਾ ਕੋਈ ਲੜਕਦਾ ਪਿਆ ਕੋਈ ਖੂਹ ਦੇ ਵਿੱਚ ਪੁੱਠਾ ਲੜਕਦਾ ਪਿਆ ਕੋ ਰੁੱਖ ਦੇ ਨਾਲ ਰੱਸਾ ਬਨ ਕੇ ਪੁੱਠਾ ਲੜਕਦਾ ਪਿਆ ਅਗਨ ਦਹੈ ਕੋਈ ਆਪਣੇ ਆਪ ਨੂੰ ਅੱਗ ਦੇ ਵਿੱਚ ਸਾੜਦਾ ਪਿਆ ਕਾਇਆ ਕਲਪ ਕੀਜੈ ਆਪਣੀ ਕਾਇਆ ਸਰੀਰ ਨੂੰ ਦੁਨੀਆ ਦੁੱਖ ਦਿੰਦੀ ਪਈ ਹੈ ਤੇ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਦੇ ਨਾਮ ਦੇ ਬਰਾਬਰ ਫਿਰ ਵੀ ਨਹੀਂ ਹੈ ਦੂਜਾ ਬਚਨ ਕਰਦੇ ਅਸਮੇਦ ਜਗ ਕੀਜੈ ਅਸੋ ਮੇਦ ਜਗ ਕਰਨਾ ਸੌਖਾ ਕੋਈ ਨਹੀਂ ਅਸਵ ਨਾਮ ਘੋੜੇ ਦਾ ਹੀ ਹੈ ਘੋੜੇ ਦਾ ਮਿੱਦਾ ਕੱਢ ਕੇ ਘੋੜੇ ਦਾ ਕਲੇਜਾ ਕੱਢ ਕੇ ਤੇ ਅੱਗ ਦੇ ਵਿੱਚ ਹਉਤੀ ਦੇਣੀ ਪੰਡਤ ਮੰਤਰ ਪੜਦਾ ਪਿਆ ਹਉਤੀਆਂ ਦੇਣ ਵਾਸਤੇ ਘੋੜੇ ਦਾ ਕਲੇਜਾ ਕੱਢਿਆ ਹੁਣ ਕਲੇਜਾ ਕੱਢਾਂਗੇ ਤੇ ਘੋੜਾ ਵੀ ਤੇ ਮਰ ਜਾਏਗਾ ਨਾ ਕਿੰਨੇ ਕਲੇਜੇ ਪਾਉਣੇ ਪੈਣਗੇ ਕਿੰਨੇ ਘੋੜੇ ਮਰ ਜਾਣਗੇ ਕਿੰਨੇ ਘੋੜੇ ਖਰੀਦਨੇ ਪੈਣਗੇ ਐਨੇ ਜੱਗ ਦਾ ਖਰਚਾ ਕੌਣ ਕਰੇਗਾ ਮਹਾਰਾਜ ਕਹਿਣ ਲੱਗੇ ਚਲੋ ਮੰਨ ਲਿਆ ਵੀ ਕੋਈ ਰਾਜਾ ਮਹਾਰਾਜਾ ਹੈ ਅਸਵ ਮੇਦ ਜੱਗ ਕੀਜੈ ਉਹਨੇ ਕਈ ਘੋੜੇ ਕਤਲ ਕਰਵਾ ਦਿੱਤੇ ਜੱਗ ਕਰ ਲਿਆ ਸੋਨਾ ਗਰਭਦਾਨ ਦੀਜੈ ਸੋਨਾ দান ਦਿੱਤਾ ਆਪਣੇ ਭਾਰ ਦੇ ਬਰਾਬਰ দান ਕਰ ਦਿੱਤਾ ਇਸੇ ਰਾਜੇ ਦੀ ਰਾਣੀ ਜਿਹੜੀ ਹੈ ਬੱਚੇ ਨੂੰ ਜਨਮ ਦੇਣ ਵਾਲੀ ਹੈ ਉਹਨੇ ਦਾਨ ਕਰ ਦਿੱਤਾ RAM ਨਾਮ ਸਰ ਤਉ ਨਾ ਪੂਜੈ ਇਹ ਸਾਰੀਆਂ ਵਸਤੂਆਂ ਰੱਬ ਦੇ ਨਾਮ ਦੇ ਮੁਕਾਬਲੇ ਫਿਰ ਵੀ ਨਹੀਂ ਪੂਜਣਗੀਆਂ ਬਰਾਬਰ ਨਹੀਂ ਹੋਣਗੀਆਂ ਨਾ ਤਪ ਕੀਤੇ ਆ ਨਾ ਤੀਰਥ ਤੇ ਮਰਿਆ ਨਾ ਖੂਵ ਵਿੱਚ ਲੜਕੇ ਆ ਨਾ ਅਸਵ ਮੇਦ ਜਗ ਕੀਤੇ ਆ ਛੋੜ ਛੋੜ ਰੇ ਪਖੰਡੀ ਮਾਨ ਕਪਟ ਨਾ ਕੀਜੈ ਇਹ ਪਖੰਡੀਆਂ ਇਹ ਕਪਟ ਹੈ ਇਨੂੰ ਛੱਡ ਹਰ ਕਾ ਨਾਮ ਨਿਤ ਹੈ ਨਿਤ ਲੀਜੈ ਰੱਬ ਦਾ ਨਾਮ ਲੈ ਜੇ ਤੂੰ ਭਲਾ ਚਾਹੁੰਦਾ ਤੇ ਪਾਤਸ਼ਾਹ ਅੱਗੇ ਕਹਿਣ ਲੱਗੇ ਗੰਗਾ ਜੋ ਗੋਦਾਵਰ ਜਾਈਏ ਕੋਈ ਬੰਦਾ ਆਖਦਾ ਮੈਂ ਗੰਗਾ ਤੇ ਇਸ਼ਨਾਨ ਕਰਾਂ ਕਰ ਲਿਆ ਕੋਈ ਆਖਦਾ ਗੋਦਾਵਰੀ ਉਹਦੇ ਨਾਲੋਂ ਵੀ ਜ਼ਿਆਦਾ ਪਵਿੱਤਰ ਹੈ ਗੋਦਾਵਰੀ ਵਿੱਚ ਜਾ ਕੇ ਇਸ਼ਨਾਨ ਕਰਾਂ ਉਹ ਵੀ ਕਰ ਲਿਆ ਕੁੰਭ ਜੋ ਕੇਦਾਰ ਨਾਈ ਹੈ ਕੁੰਭ ਮਨਾਉਣ ਵਾਸਤੇ ਲੋਕ ਹਰ ਦੁਆਰ ਚਲੇ ਜਾਂਦੇ ਕੁੰਭ ਦਾ ਮੇਲਾ ਹਰ ਦੁਆਰ ਭਰ ਜਾਂਦਾ ਉੱਥੇ ਜਾ ਕੇ ਲੋਕ ਇਸ਼ਨਾਨ ਕਰਦੇ ਤੇ ਕੋਈ ਆਖਦਾ ਕੇਦਾਰਨਾਥ ਚਲੇ ਜਾਈਏ ਮੰਦਰ ਇੱਕ ਬਹੁਤ ਵੱਡਾ ਕੇਦਾਰਨਾਥ ਦੇ ਵਿੱਚ ਕੋਈ ਜਾ ਕੇ ਉੱਥੇ ਇਸ਼ਨਾਨ ਕਰਦਾ ਉੱਥੇ ਜਾ ਕੇ ਕੋਈ ਯਾਤਰਾ ਕਰਦਾ ਤੇ ਮਹਾਰਾਜ ਕਹਿਣ ਲੱਗੇ ਕੁੰਭ ਜੋ ਕੇਦਾਰਨਾਹੀ ਹੈ ਗੋਮਤੀ ਸਹਿਸ ਗਊਦਾਨ ਕੀਜੈ ਤੇ ਕੋਈ ਵਿਅਕਤੀ ਜਿਹੜਾ ਨਾ ਹਜ਼ਾਰਾਂ ਹਜ਼ਾਰਾਂ گاਵਾਂ ਖਰੀਦ ਕੇ ਤੇ ਉਹਨਾਂ ਦਾ ਦਾਨ ਕਰਦਾ ਅਗੇ ਕਹਿਣ ਲੱਗੇ ਗਊ ਦਾਨ ਦਾ ਬੜਾ ਵੱਡਾ ਮਹਾਤਮ ਹੈ ਬੜਾ ਵੱਡਾ ਫਲ ਜਾਣ ਕੇ ਗਊਆਂ ਖਰੀਦੀਆਂ ਤੇ ਦਾਨ ਕਰ ਦਿੱਤੀਆਂ ਪਰ ਮਹਾਰਾਜ ਕਹਿਣ ਲੱਗੇ ਭਾਈ RAM ਨਾਮ ਸਰ ਤਉ ਨਾ ਪੂਜੈ ਰੱਬ ਦੇ ਨਾਮ ਦੇ ਮੁਕਾਬਲ ਫਿਰ ਵੀ ਕੁਝ ਨਹੀਂ ਹੋ ਸਕਦਾ ਕੋਟ ਜੋ ਤੀਰਥ ਕਰੈ ਅਸੀਂ ਇੱਕ ਤੀਰਥ ਦੀ ਯਾਤਰਾ ਕਰ ਆਈਏ ਤੇ ਆਖੀਦਾ ਬੱਲੇ ਬੱਲੇ ਨਿਹਾਲ ਹੋ ਗੇ ਔਰ ਮਹਾਰਾਜ ਕਹਿਣ ਲੱਗੇ ਇੱਕ ਛੱਡ ਤੂੰ ਕਰੋੜਾਂ ਤੀਰਥਾਂ ਦੇ ਦਰਸ਼ਨ ਕਰ ਲਾ ਜਾ ਕੇ ਕੋਟ ਜੋ ਤੀਰਥ ਕਰੇ ਤਨ ਜੋ ਹਵਾਲਾ ਕਰੇ ਆਪਣੇ ਸਰੀਰ ਨੂੰ ਬਰਫ਼ ਦੇ ਵਿੱਚ ਰੱਖ ਕੇ ਗਾਲ ਦੇ ਕਿਸੇ ਪਹਾੜੀ ਦੇ ਉੱਪਰ ਚੜੇ ਜਾ ਜਿੱਥੇ ਬਰਫ਼ ਪੈਂਦੀ ਹੋਵੇ ਹਿਮਾਲਿਆ ਹਿਮਾਲਿਆ ਪਰਬਤ ਜਿਹੜਾ ਉੱਥੇ ਬਰਫ਼ ਪੈਂਦੀ ਹੈ ਉੱਥੇ ਜਾ ਕੇ ਆਪਣੇ ਸਰੀਰ ਨੂੰ ਗਾਲ ਦੇ ਬਰਫ਼ ਦੇ ਵਿੱਚ ਬੈਠਾ ਰੋ ਚੜ ਕੇ ਠੰਡ ਲਵਾਉਂਦਾ ਰੋ ਸਰੀਰ ਗਲ ਜਾਵੇ ਸੋਨੋ ਜਾਵੇ ਪਰ ਮਹਾਰਾਜ ਕਹਿਣ ਲਗੇ RAM ਨਾਮ ਸਰ ਤਉ ਨ ਪੂਜੈ RAM ਦੇ ਨਾਮ ਦੇ ਮੁਕਾਬਲੇ ਫਿਰ ਵੀ ਨਹੀਂ ਪੂਜ ਸਕਦਾ ਨਹੀਂ ਉਹਦੇ ਬਰਾਬਰ ਮਹਾਤਮ ਨਹੀਂ ਮਿਲੇਗਾ ਅਸਦਾਨ ਗੱਜਦਾਨ ਘੋੜਾ ਦਾਨ ਕੀਤਾ ਗੱਜ ਹਾਥੀ ਦਾਨ ਕੀਤਾ ਆਪਣੀ ਸੇਜਾ ਦਾਨ ਕਰ ਦਿੱਤੀ ਜਿਹੜੇ ਬੈੱਡ ਤੇ ਸੌਂਦਾ ਨਾ ਉਹ ਬੈੱਡਰੂਮ ਹੀ ਸਾਰਾ ਦਾਨ ਕਰ ਦਿੱਤਾ ਪਾਦਸ਼ਾਹ ਕਹਿਣ ਲੱਗੇ ਨਾਰੀ ਭੂਮਿਦਾਨ ਆਪਣੀ ਇਸਤਰੀ ਦਾਨ ਕਰ ਦਿੱਤੀ ਕਿਸੇ ਨੂੰ ਇਸਤਰੀ ਦੇ ਦਿੱਤੀ ਹੈ ਇਸਤਰੀ ਦਾਨ ਇਸ ਤਰ੍ਹਾਂ ਕਰਦੇ ਸਨ ਆਪਣੀ ਇਸਤਰੀ ਦਾ ਮੁੱਲ ਪਵਾ ਲੈਣਾ ਉਹਨੇ ਮੁੱਲ ਦੇ ਪੈਸੇ ਦਾਨ ਕਰਕੇ ਆਖਣਾ ਜਨਾਨੀ ਦਾਨ ਕੀਤੀ ਹੈ ਕੋਈ ਆਪਣੀ ਭੂਮ ਧਰਤੀ ਜ਼ਮੀਨ ਜਾਇਦਾਦ ਦਾਨ ਕਰ ਦਿੰਦਾ ਐਸੋ ਦਾਨ ਨਿਤ ਨਿਤਹਿ ਕੀਤਾ ਇੱਕ ਦਿਨ ਨਹੀਂ ਰੋਜ਼ ਦਾਨ ਕਰਦੇ ਘੋੜਾ ਰੋਜ਼ ਦਾਨ ਕਰਦੇ ਹਾਥੀ ਰੋਜ਼ ਆਪਣੀ ਜਨਾਨੀ ਦਾ ਮੁੱਲ ਪਵਾ ਕੇ ਕਿਸੇ ਕੋਲੋਂ ਉਨੀ ਮਾਇਆ ਰੋਜ਼ দান ਕਰ ਰੋਜ਼ ਆਪਣੀ ਜ਼ਮੀਨ ਜਾਇਦਾਦ ਪਲੋਟ ਜਿਹੜੇ ਨੇ ਸਾਰੇ দান ਕਰਦੇ ਰੋਜ਼ ਕਰੇਗਾ ਮਹਾਰਾਜ ਕਹਿਣ ਲੱਗੇ ਫਿਰ ਵੀ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਕੁਝ ਨਹੀਂ ਹੋ ਸਕਦਾ ਆਤਮ ਜੋ ਨਰਮਾਇਲ ਕੀਜੈ ਆ ਬਰਾਬਰ ਕੰਚਣ ਦੀਜੈ ਆਪਣੇ ਬਰਾਬਰ ਇੱਕ ਪਾਸੇ ਤੱਕੜੀ ਤੇ ਬੈਠ ਗਿਆ ਇੱਕ ਪਾਸੇ ਸੋਨਾ ਆਪਣੇ ਬਰਾਬਰ ਸੋਨਾ ਤੋਲ ਕੇ দান ਕੀਤਾ ਰਾਮ ਨਾਮ ਸਰ ਤਉ ਨ ਪੂਜੈ RAM ਦਾ ਨਾਮ ਇੱਦਾ ਵੱਡਾ ਹੈ ਮਣੇ ਨਾ ਕੀਜੈ ਰੂਸ ਜਮੈ ਨਾ ਦੀਜੈ ਦੂਸ਼ ਨਿਰਮਲ ਨਿਰਵਾਣ ਪਦ ਚੀਨ ਲੀਜੈ ਜਲਸਰਥ ਨਾਏ ਰਾਏ ਨੰਦ ਰਾਜਾ ਮੇਰਾ ਰਾਮਚੰਦ ਪਰਮੇ ਨਾਮਾ ਤਤ ਰਸ ਪੀਜੈ ਇਹ ਭਗਤ ਨਾਮਦੇਵ ਜੀ ਆਂਦਾ ਸ਼ਬਦ ਹੈ ਕਹਿਣ ਲੱਗੇ ਭਾਈ ਇਹ ਅਸੀਂ ਤੈਨੂੰ ਦੁਨੀਆਂ ਦੇ ਵੱਡੇ ਵੱਡੇ ਦਾਨ ਕਰਕੇ ਕਰਵਾ ਕੇ ਉਹਨਾਂ ਦਾ ਫਲ ਦੱਸ ਕੇ ਇਹ ਗੱਲ ਦੱਸੀ ਹੈ RAM ਦੇ ਨਾਮ ਦੇ ਬਰਾਬਰ ਕੁਝ ਨਹੀਂ ਹੋ ਸਕਦਾ ਇਸ ਕਰਕੇ ਨਿਤ ਧਿਆਈਐ ਹਰਪੁਰਖ ਨਰੰਜਨਾ ਉਸ ਨਰਨਯਨ ਪਰਮਾਤਮਾ ਦੇ ਨਾਮ ਨੂੰ ਨਿਤਾ ਪ੍ਰਤੀ ਹਰ ਰੋਜ਼ ਧਿਆਉਣਾ ਕਰ ਰਹਾਉ ਜੇ ਹਰ ਸਿਮਰਨ ਭਇਆ ਤੈ ਪਾਦ ਗਤ ਕਿੰਨੀ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿੱਥੇ ਸਿਮਰਨ ਹੁੰਦਾ ਨਾ ਉੱਥੇ ਉਪਾਦ ਆਦੀ ਤੇ ਵਿਆਦੀ ਤੇ ਉਪਾਦੀ ਤੇ ਨ ਤਾਪ ਨੇ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸਤਾ ਕੋ ਬਿਗਰ ਨ ਕੋ ਲਾਗੇ ਜਾਕੀ ਪ੍ਰਭੇ ਆਗੇ ਅਰਦਾਸ ਆਦੀ ਆਦੀ ਉਹਨੂੰ ਕਿਹਾ ਜਾਂਦਾ ਜਿਹੜੇ ਮਾਨਸਿਕ ਰੋਗ ਆ ਕੇ ਪੈ ਗਏ ਤੇ ਵਿਆਦੀ ਉਹਨੂੰ ਕਿਹਾ ਜਾਂਦਾ ਗੁਰਮਖੋ ਜਿਹੜੇ ਸਰੀਰਕ ਰੋਗ ਆ ਕੇ ਪੈ ਜਾਂਦੇ ਉਪਾਦੀ ਉਹਨੂੰ ਕਿਹਾ ਜਾਂਦਾ ਜਿਹੜੇ ਝਗੜੇ ਪੈ ਜਾਂਦੇ ਗੱਲ ਵਿੱਚ ਆ ਕੇ ਕੋਟ ਕਚੈਰੀਆਂ ਦੇ ਚੱਕਰ ਪੈ ਗਏ ਕਿਸੇ ਨਾਲ ਲੜਾਈ ਹੋ ਗਈ ਦੁਸ਼ਮਣੀ ਪੈ ਗਈ ਸਾਰੀ ਉਮਰ ਬਚ ਕੇ ਸਾਵਧਾਨ ਰਹਿਣਾ ਪਵੇਗਾ ਉਪਾਦੀ ਨਾਮ ਝਗੜੇ ਦਾ ਹੀ ਹੈ ਮਹਾਰਾਜ ਕਹਿਣ ਲੱਗੇ ਜਹ ਹਰ ਸਿਮਰਨ ਭਇਆ ਜਿੱਥੇ ਪ੍ਰਮਾਤਮਾ ਦਾ ਸਿਮਰਨ ਹੁੰਦਾ ਕਰਨ ਵਾਲਾ ਕਹਿਣ ਲੱਗੇ ਤਾਂ ਹੈ ਉਪਾਦ ਗਤ ਕੀਨੀ ਉਪਾਦ ਜਿਹੜੇ ਝਗੜੇ ਨੇ ਉਹਨਾਂ ਨੂੰ ਗਾਤ ਕਈਏ ਮਿਟਾ ਹੀ ਦਿੱਤਾ ਪਰਮਾਤਮਾ ਨੇ ਝਗੜਾ ਰਹਿ ਹੀ ਕੋਈ ਨਹੀਂ ਗਿਆ ਝਗੜੇ ਖਤਮ ਹੋ ਜਾਂਦੇ ਗੁਰਮੁਖਾਂ ਦੇ ਝਗੜਿਆਂ ਨੂੰ ਮਹਾਰਾਜ ਮਿਟਾ ਦਿੰਦੇ ਹਨ ਵੱਡ ਪਾਗੇ ਹਰ ਜਪਣਾ ਐਸੇ ਨਾਮ ਨੂੰ ਗੁਰਮਖੋ ਵੱਡਿਆਂ ਭਾਗਾ ਵਾਲੇ ਹੀ ਗੁਰਮੁਖ ਜਪਦੇ ਹਨ ਜਨਨਕੋ ਗੁਰ ਇਹ ਮਦਨੀ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਸਤਗੁਰਾਂ ਨੇ ਐਸੀ ਕਿਰਪਾ ਕਰਕੇ ਸਾਨੂੰ ਐਸੀ ਮਤ ਬਖਸ਼ਿਸ਼ ਕੀਤੀ ਹੈ ਮਤ ਸੁਮਤ ਤੇਰੇ ਵਸ ਸੁਆਮੀ ਸ੍ਰੇਸ਼ਟ ਮਤ ਵੀ ਉਹਦੇ ਹੁਕਮ ਦੇ ਵਿੱਚ ਹੀ ਹੈ ਉਹਦੇ ਭਾਣੇ ਦੇ ਵਿੱਚ ਹੀ ਹੈ ਜੇ ਨਾਨਕ ਕਹੋ ਗੁਰ ਇਹ ਮਤ دینی ਮੈਂ ਡਡੋਤ ਵੀ ਇਹ ਕਰਦਾ ਬੇਣਤੀ ਵੀ ਇਹ ਕਰਦਾ ਵੀ ਸ੍ਰੇਸ਼ਟ ਮਤ ਦਿਓ ਸਤਗੁਰਾਂ ਨੇ ਕਿਰਪਾ ਕਰਕੇ ਮੈਨੂੰ ਸ੍ਰੇਸ਼ਟ ਮਤ ਜਿਸ ਵੇਲੇ ਬਖਸ਼ਿਸ਼ ਕੀਤੀ ਹੈ ਜਪ ਹਰ ਭਵਜਲ ਤਰਨਾ ਅਸੀਂ ਉਸ ਸ੍ਰੇਸ਼ਟ ਮਤ ਦੇ ਮੁਤਾਬਕ ਪਰਮਾਤਮਾ ਦੇ ਨਾਮ ਨੂੰ ਜਪਿਆ ਜਪਨਾ ਕਰਾਂਗੇ ਤੇ ਸੰਸਾਰ ਵਿੱਚੋਂ ਤਰੇ ਜਾਂ ਤਰ ਜਾਵਾਂਗੇ ਸ੍ਰੇਸ਼ਟ ਮਤ ਕੀ ਹੈ ਆਪਾਂ ਆਖਦੇ ਵਿਅਕਤੀ ਬੜਾ ਸਿਆਣਾ ਹੈ ਇਹ ਬੜਾ ਸੂਝਵਾਨ ਹੈ ਇਹ ਬੜਾ ਅਕਲ ਵਾਲਾ ਤਾਂ ਹਰੂ ਰਾਮਦਾਸ ਪਾਤਸ਼ਾਹ ਮਹਾਰਾਜ ਤੋਂ ਪੁੱਛਿਆ ਮਹਾਰਾਜ ਅਕਲ ਵਾਲਾ ਕਿਹੜਾ ਸੂਝਵਾਨ ਕਿਹੜਾ ਸਿਆਣਾ ਕੌਣ ਹੈ ਤੇ ਪਾਤਸ਼ਾਹ ਕਹਿਣ ਲੱਗੇ ਸਿਆਣਾ ਉਹ ਹੈ ਸੂਝਵਾਨ ਉਹ ਹੈ ਅਕਲ ਵਾਲਾ ਉਹ ਹੈ ਜਿਨੇ ਨਾਮ ਜਪਿਆ ਹੈ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਮਾਨ ਸਿਆਣਾ ਉਹ ਹੈ ਦੁਨੀਆ ਵਿੱਚ ਜਿਨੇ ਨਾਮ ਜਪ ਲਿਆ ਜਿਨੇ ਨਾਮ ਨਹੀਂ ਨਾ ਜਪਿਆ ਉਹ ਭਾਵੇਂ ਕਿੰਨੀਆਂ ਵੀ ਦੁਨੀਆਂ ਦੀਆਂ ਘਾੜਤਾਂ ਬਣਾਉਣੀਆਂ ਘੜਨੀਆਂ ਜਾਣਦਾ ਹੋਵੇ ਕਿੰਨੀਆਂ ਵੀ ਸਲਾਮਾਂ ਕਿਉਂ ਨਾ ਦਿੰਦਾ ਹੋਵੇ ਦੁਨੀਆਂ ਤੇ ਸਿਆਣਾ ਭਾਵੇਂ ਕਹਿ ਦੇਵੇ ਪਰ ਅਸਲ ਵਿੱਚ ਸਿਆਣਾ ਉਹ ਹੈ ਜਿਨੇ ਤੇਰੇ ਨਾਮ ਨੂੰ ਜਪਿਆ ਹੈ ਜਾ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਨਾ ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਉਹ ਸੰਸਾਰ ਤੋਂ ਤਰ ਗਏ ਪਰ ਜਪਿਆ ਉਹਨਾਂ ਨੇ ਜਿਹੜੇ ਸਿਆਣੇ ਨੇ ਅਕਲ ਵਾਲੇ ਤੇ ਅਕਲ ਵਾਲਾ ਉਹ ਹੈ ਜਿਨੇ ਨਾਮ ਜਪਿਆ ਸਮੇਂ ਦੀ ਸਮਾਪਤੀ ਭੁੱਲਾਂ ਦੀ ਮੁਆਫੀ ਦੇ ਸੱਜਣਾ ਸੀਸੜੀਆਂ ਜੋ ਹਵੇ ਸਾਹਿਬ ਸਿਉ ਮੇਲ ਜੈ ਹਰ ਸਿਮਰਨ ਭਿਆ ਤਾ ਪਾਦ ਗਤ ਕਿਨੀ ਵਡ ਭਾਗੀ ਹਰ ਜਪਨਾ ਜਨ ਨਨਕਾ ਗੁਰ ਇਹ ਮਦਨੀ ਜਪ ਹਰ ਭਵ ਜਲ ਤਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ 10:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਇਸੇ ਦੀਵਾਨ ਦੇ ਵਿੱਚ ਅਤੇ ਦੋ ਦਿਨ ਆਪਾਂ ਗੁਰਬਾਣੀ ਦੀ ਕਥਾ ਜੋ ਹੈ ਸਵੇਰ ਵੇਲੇ ਇਹ ਸਰਵਨ ਨਹੀਂ ਕਰ ਪਾਵਾਂਗੇ ਦੋ ਦਿਨ ਸ੍ਰੀ ਅਖੰਡ ਪਾਠ ਸਾਹਿਬ ਚੱਲਣਗੇ ਅੱਜ 10:30 ਵਜੇ ਪਾਠ ਆਰੰਭ ਹੋਣਗੇ ਕੱਲ ਨੂੰ 10 ਵਜੇ ਦੇ ਤਕਰੀਬਨ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ 19 ਤਰੀਕ ਨੂੰ 9:30 ਵਜੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀਾਂ ਦੇ ਭੋਗ ਸ਼ੁਰੂ ਹੋ ਜਾਣਗੇ ਉਸ ਤੋਂ ਉਪਰੰਤ ਫਿਰ ਦੀਵਾਨ ਚੱਲਣਗੇ ਤਿੰਨੋ ਦਿਨ ਲੰਗਰ ਗੁਰੂ ਕੇ ਆ ਟਟ ਵਰਤਣਗੇ ਆਪ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਸਾਰਾ ਪ੍ਰੋਗਰਾਮਾਂ ਦਾ ਵੇਰਵਾ ਇਸ਼ਤਿਹਾਰਾਂ ਦੇ ਉੱਪਰ ਹੈ ਇਸ਼ਤਿਹਾਰ ਗੋਲਕ ਦੇ ਕੋਲ ਪਏ ਨੇ ਜਿਹੜੀਆਂ ਸੰਗਤਾਂ ਲਿਆਣੀਆਂ ਚਾਹੋਂ ਲਿਆ ਸਕਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿ ਹੈ ਗੁਰੂ ਸਤ ਗੁਰ ਨਾਨਕ ਪ੍ਰਗਟਿ ਹਾ ਮਿੱਟੀ ਤੁੰਦ ਜਗ ਛਾਨਨ ਹੁਆ ਜਿਉਂ ਕਰ ਸੂਰਜ ਨਿਕਲਿਆ